ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਫਿਰ ਪੇਸ਼ ਹੈ ਤੇ ਤੁਹਾਨੂੰ ਪਤਾ ਹੈ ਕਿ ਸਪੈਸ਼ਲ ਪ੍ਰੋਗਰਾਮ ਇਹ ਪੰਜਾਬ ਇਲੈਕਸ਼ਨ ਤੇ ਅਸੀਂ ਲਗਾਤਾਰ ਤੁਹਾਡੇ ਨਾਲ ਕਰ ਰਹੇ ਹਾਂ। ਕੱਲ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮਹੇਸ਼ ਸ਼ਰਮਾ ਜਿਹੜੇ ਨੇ ਉਹਨਾਂ ਨੇ ਤਕਰੀਬਨ 4 ਤੇ 5 ਕੰਸਟੀਚੁਐਂਸੀ ਪੰਜਾਬ ਦੀਆਂ 5 ਵਿਧਾਨ ਸਭਾ ਹਲਕਿਆਂ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਸੀ। ਅੱਜ ਵੀ ਅਸੀਂ ਤੁਹਾਡੀ ਗੱਲ ਕਰਾਵਾਂਗੇ, ਇੱਕ ਦੋ ਜਿਹੜੇ ਸਾਡੇ ਮਾਹਰ ਵਿਦਵਾਨ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਮੈਂ ਤੁਹਾਨੂੰ ਇਹ ਦੱਸਦਾ ਕਿ ਇਸ ਵਾਰ ਦੀ ਜਿਹੜੀ ਇਲੈਕਸ਼ਨ ਹੈ ਇਸ ਦੇ ਵਿੱਚ ਬਹੁਤ ਕੁਛ ਨਵਾਂ ਵਾਪਰਨ ਵਾਲਾ ਹੈ। ਖਾਸ ਤੌਰ ਤੇ ਇੱਕ ਜਿਹੜੀ ਧਿਰ ਖੜੀ ਹੋਈ ਹੈ ਉਹਨੂੰ ਮੈਂ ਅੰਨਾ ਹਜ਼ਾਰੇ ਵਾਲੀ ਗੱਲ ਤਾਂ ਨਹੀਂ ਕਰਦਾ ਤੇ ਕਿਉਂਕਿ ਜਿਸ ਤਰੀਕੇ ਨਾਲ ਭਾਵੇਂ ਉਹ ਅੰਮ੍ਰਿਤਸਰ ਆਏ ਅੰਨਾ ਹਜ਼ਾਰੇ ਦੀ ਟੀਮ ਨੇ ਗੱਲ ਕੀਤੀ, ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਇਸ ਵਾਰ ਪੰਜਾਬ ਦੇ ਵਿੱਚ ਉਹ ਧਿਰ ਜਿਹੜੀ ਚੋਣ ਦੇ ਵਿੱਚ ਸੁਧਾਰਾਂ ਦੀ ਮੰਗ ਕਰਦੀ ਹੈ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਡੀ ਹੈ। ਉਹਨਾਂ ਚੋਂ ਜਿਵੇਂ ਗਲੋਬਲ ਪੰਜਾਬ ਫਾਊਂਡੇਸ਼ਨ ਤੇ ਖੇਤੀ ਵਿਰਾਸਤ ਮਿਸ਼ਨ ਤੇ ਸੰਤ ਸੀਚੇਵਾਲ, ਅਸੀਂ 27 ਤਰੀਕ ਨੂੰ ਪਟਿਆਲਾ ਦੇ ਵਿੱਚ ਇੱਕ ਰੈਲੀ ਵੀ ਕਰ ਰਹੇ ਹਾਂ ਤੇ ਅਸੀਂ ਲੋਕਾਂ ਨੂੰ ਇਹ ਸੰਦੇਸ਼ ਵੀ ਦੇ ਰਹੇ, ਸਿਰਫ ਉਹਨਾਂ ਨੂੰ ਵੋਟ ਪਾਓ ਜੋ ਪੰਜਾਬ ਦੇ ਸਮਾਜਿਕ ਮੁੱਦਿਆਂ ਤੇ ਗੱਲ ਕਰ ਰਹੇ ਨੇ, ਔਰ ਉਹਨਾਂ ਤੋਂ ਸਹੁੰ ਪੱਤਰ ਵੀ MLA ਤੋਂ ਭਰਾਏ ਜਾ ਰਹੇ ਨੇ ਕਿ ਤੁਸੀਂ ਜਿਹੜੇ ਵਾਤਾਵਰਨ ਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ। ਲੇਕਿਨ ਇਸ ਦੇ ਬਾਵਜੂਦ ਮੈਂ ਦੱਸਣਾ ਚਾਹੁੰਦਾ ਕਿ ਇਸ ਵਾਰ ਵੋਟਰ ਜਿਹੜਾ ਹੈ ਕਾਫੀ ਚੁੱਪ ਹੈ ਤੇ ਵੋਟਰ ਦੀ ਜਿਹੜੀ ਚੁੱਪ ਖਾਮੋਸ਼ ਜਿਹੜੀ ਤਬਦੀਲੀ ਲਿਆਉਣ ਦੀ ਚਾਹ ਹੈ, ਸ਼ਾਇਦ ਇਹ ਸਾਡੇ ਥਾਂ ਥਾਂ ਤੇ ਹੋ ਰਹੇ ਤੇ ਵੱਡੇ ਵੱਡੇ ਜਿਹੜੇ ਚੈਨਲ ਨੇ ਉਹ ਜਿਹੜੇ ਕਰ ਰਹੇ ਨੇ ਸਰਵੇਖਣ ਕਰ ਰਹੇ ਨੇ ਉਹਨਾਂ ਦੇ ਨਜ਼ਰ ਦੇ ਵਿੱਚ ਨਹੀਂ ਆ ਰਹੇ। ਮੈਂ ਤੁਹਾਨੂੰ ਇਹ ਦੱਸਦਿਆਂ ਕਿ ਹੁਣ ਤੱਕ ਜਿਹੜੇ 4 ਸਰਵੇਖਣ ਹੋਏ ਨੇ ਉਹਨਾਂ ਨੂੰ ਲਗਾਤਾਰ ਤੁਹਾਡਾ ਜਾਣੂ ਕਰਾ ਰਹੇ ਹੈ, ਲੇਕਿਨ ਜਿਹੜਾ ਕੱਲ ਸਰਵੇਖਣ ਹੋਇਆ ਜਿਸ ਦੀ ਅੱਜ ਰਿਪੋਰਟ ਹੋਈ ਹੈ Time 24 ਨੇ ਜਿਹੜਾ ਕੀਤਾ ਉਹਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੂੰ ਜਿਤਾਇਆ ਗਿਆ ਤੇ ਉਹਨਾਂ ਨੂੰ 62 ਤੋਂ ਵੱਧ ਸੀਟਾਂ ਜਿਹੜੀਆਂ ਉਸਨੇ ਦਿੱਤੀਆਂ ਨੇ। ਇਸੇ ਤਰੀਕੇ ਨਾਲ ਕੱਲ ਦੇ ਜਿਹੜਾ ਸਟਾਰ ਨਿਊਜ਼ ਦੇ ਕਾਂਗਰਸ ਨੂੰ ਜਿਤਾਇਆ ਸੀ ਔਰ ਇੰਡੀਆ ਟੁਡੇ ਨੇ ਕਾਂਗਰਸ ਨੂੰ ਜਿਤਾਇਆ ਸੀ, ਅਮਰ ਉਜਾਲਾ ਤੇ Time TV ਨੇ ਅਕਾਲੀਆਂ ਨੇ ਜਿਤਾਇਆ ਸੀ। ਹੁਣ ਤਾਂ ਲੋਕ ਹੱਸਣ ਲੱਗ ਗਏ ਕਿ ਇਹ ਜਿਹੜੇ ਸਰਵੇਖਣ ਨੇ ਇਹ ਵੀ ਜਿਹੜੇ ਸਰਵੇਖਣ ਨੇ ਇਹ ਸਾਰੇ ਸਰਵੇਖਣ ਸਪੌਂਸਰਡ ਹੋ ਚੁੱਕੇ ਨੇ। ਸਪੌਂਸਰਡ ਜੇ ਹੈ ਜਾਂ ਨਹੀਂ ਇਹ ਤਾਂ ਹੁਣ ਬਸ 2-4 ਦਿਨ ਰਹਿ ਗਏ, 30 ਜਨਵਰੀ ਨੂੰ ਵੋਟਾਂ ਪੈਣਗੀਆਂ ਤੇ 6 ਮਾਰਚ ਨੂੰ ਪਤਾ ਚੱਲੇਗਾ। ਲੇਕਿਨ ਅੱਜ ਦੇ ਹਾਲਾਤ ਕੀ ਨੇ ਇਸ ਮਾਮਲੇ ਚ ਸਭ ਤੋਂ ਪਹਿਲਾਂ ਮੈਂ ਅੱਜ ਤੁਹਾਡੀ ਮੁਲਾਕਾਤ ਕਰਾਉਣਾ ਹੈ ਜਿਹੜੇ ਪੰਜਾਬ ਦੇ ਸਿਆਸੀ ਪੰਡਿਤ ਦੇ ਤੌਰ ਤੇ ਜਾਣੇ ਜਾਂਦੇ ਨੇ, ਡਾਕਟਰ ਜਮਸ਼ੇਦ ਅਲੀ ਖਾਨ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੇ ਸਾਡੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਉਹ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਦੇ ਹੋਣ ਨਾਲ ਨਾਲ ਡੀਨ ਕਾਲਜਸ ਨੇ, ਉਹਨਾਂ ਨਾਲ ਤੁਹਾਡੀ ਮੁਲਾਕਾਤ ਅਸੀਂ ਹੁਣੇ ਕਰਾਉਣ ਜਾ ਰਹੇ ਹਾਂ ਤੇ ਡਾਕਟਰ ਖਾਨ ਜਿਹੜੇ ਨੇ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ। 3-4 ਜਿਹੜੇ ਸਿੱਧੇ ਤੌਰ ਤੇ ਉਹ ਜਾ ਕੇ ਆਏ ਨੇ ਅੱਜ ਜਿਹੜੇ ਕੰਸਟੀਚੁਐਂਸੀ ਚ, ਮੈਂ ਇਹ ਤੁਹਾਨੂੰ ਦੱਸਦਿਆਂ ਪਿਆਰੇ ਦਰਸ਼ਕੋ ਤੇ ਡਾਕਟਰ ਖਾਨ ਨਾਲ ਸਾਡਾ ਸੰਪਰਕ ਨਹੀਂ ਬਣ ਰਿਹਾ, ਪਰ ਇਸ ਦੇ ਨਾਲ ਹੀ ਸਾਡਾ ਸੰਪਰਕ ਹੁਣ ਅਸੀਂ ਜਿਹੜਾ ਬਣਾ ਰਹੇ ਹਾਂ, ਕੋਸ਼ਿਸ਼ ਕਰ ਰਹੇ ਕਿ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਨਾਲ ਤੁਹਾਡੀ ਗੱਲਬਾਤ ਕਰਾਈਏ, ਇਹ ਵੀ ਸਿਆਸੀ ਮਾਹਰ ਨੇ, ਇਹਨਾਂ ਨਾਲ ਤੁਹਾਡੀ ਗੱਲ ਕਰਾਉਣੀ ਹੈ। ਡਾਕਟਰ ਰਜਿੰਦਰਪਾਲ ਬਰਾੜ ਜਿਹੜੇ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹ ਮੁਖੀ ਨੇ ਔਰ ਉਹ ਕੋਟਕਪੁਰਾ ਨੂੰ ਬਿਲੋਂਗ ਕਰਦੇ ਨੇ, ਅਸੀਂ ਉਹਨਾਂ ਨਾਲ ਜਿਹੜੀ ਗੱਲਬਾਤ ਕਰਨੀ ਹੈ, ਇੱਕ ਦੋ ਕੰਸਟੀਚੁਐਂਸੀ ਦੇ ਬਾਰੇ ਉਹਨਾਂ ਨੂੰ ਪੁੱਛਾਂਗੇ ਕਿ ਉਹ ਕੀ ਸਮਝਦੇ ਨੇ ਕਿ ਪੰਜਾਬ ਦੇ ਵਿੱਚ ਕਿਸ ਕਿਸਮ ਦੇ ਹਾਲਾਤ ਨੇ, ਇਹ ਗੱਲ ਅਸੀਂ ਡਾਕਟਰ ਰਜਿੰਦਰਪਾਲ ਬਰਾੜ ਤੋਂ ਸਮਝਾਂਗੇ ਤੇ ਸਾਡਾ ਸੰਪਰਕ ਜਿਹੜਾ ਹੈ ਡਾਕਟਰ ਰਜਿੰਦਰਪਾਲ ਬਰਾੜ ਨਾਲ ਹੋ ਚੁੱਕਾ ਹੈ। ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ। ਹੈਲੋ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ ਔਨ ਏਅਰ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ ਸਰ। ਅੱਛਾ ਬਰਾੜ ਸਾਹਿਬ, ਤੁਸੀਂ ਜਿਵੇਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਤੁਸੀਂ ਕੋਟਕਪੁਰਾ ਦੇ ਨਾਲ ਬਿਲੋਂਗ ਕਰਦੇ ਹੋ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੋਟਕਪੁਰਾ ਦੀ ਜਿਹੜੀ ਕੀ ਸਥਿਤੀ ਹੈ ਇਸ ਵਿਧਾਨ ਸਭਾ ਹਲਕੇ ਦੇ ਵਿੱਚ
ਕਿਸ ਤਰ੍ਹਾਂ ਕਿਸ ਪਾਸੇ ਹਵਾ ਜਿਹੜੀ ਹੈ ਚੱਲ ਰਹੀ ਹੈ, ਕੌਣ ਕੌਣ ਜਿਹੜੇ ਉਮੀਦਵਾਰ ਨੇ ਉੱਥੇ? ਕੋਟਪੁਰੇ ਦੀ ਸਥਿਤੀ ਬੜੀ ਦਿਲਚਸਪ ਬਣੀ ਹੋਈ ਹੈ ਜੀ। ਜੀ ਅਕਾਲੀ ਦਲ ਵੱਲੋਂ ਉੱਥੇ ਮਨਤਾਰ ਬਰਾੜ ਜੀ ਖੜੇ ਨੇ, ਕਾਂਗਰਸ ਵੱਲੋਂ ਰਣਜੀਤ ਬਰਾੜ ਜੀ ਖੜੇ ਨੇ, ਪੀਪੀ ਪਾਰਟੀ ਵੱਲੋਂ ਪੀਪਲਸ ਪਾਰਟੀ ਵੱਲੋਂ ਪ੍ਰਦੀਪ ਧਾਲੀਵਾਲ ਜੀ ਨੇ ਜੀ। ਪਰ ਇਸ ਸਥਿਤੀ ਦੇ ਨਾਲ ਨਾਲ ਕਾਂਗਰਸ ਵੱਲੋਂ ਅਪਿੰਦਰ ਜੀ ਸ਼ਰਮਾ ਵੀ ਖੜੇ ਨੇ, ਬਾਕੀ ਬਾਗੀ ਨੇ ਕਾਂਗਰਸ ਦੇ। ਦੂਸਰੇ ਪਾਸੇ ਪੀਪੀ ਪਾਰਟੀ ਦੇ ਪਵਨਪ੍ਰੀਤ ਜੀ ਖੜੇ ਨੇ, ਜਿਹੜੇ ਸੀਪੀਆਈ ਦੇ ਅਸਲ ਉਮੀਦਵਾਰ ਨੇ। ਓਕੇ, ਤੇ ਇਸ ਸਥਿਤੀ ਦੇ ਵਿਚ ਮੁਕਾਬਲਾ ਬੜਾ ਦਿਲਚਸਪ ਬਣਿਆ ਹੋਇਆ ਜੀ। ਕੀ ਹੋਵੇਗਾ ਕੁਛ ਨੀ ਕਿਹਾ ਜਾ ਸਕਦਾ, ਪਰ ਮਨਤਾਰ ਬਰਾੜ ਬਾਰੇ ਇਹ ਲੱਗ ਰਿਹਾ ਹੈਗਾ ਕਿ ਮਨਤਾਰ ਬਰਾੜ ਜੀ ਉਦੋਂ ਵੀ ਜਿੱਤ ਗਏ ਸੀ ਜਦੋਂ ਉਹ ਅਕਾਲੀ ਦਲ ਦੇ ਬਾਗੀ ਖੜੇ ਸੀ, ਤੇ ਉਸ ਸਮੇ ਵੀ ਉਹਨਾਂ ਨੇ ਜਿੱਤ ਪ੍ਰਾਪਤ ਕਰੀ ਸੀ ਕਿ ਜਦੋਂ ਅਕਾਲੀ ਦਲ ਦੇ ਉਮੀਦਵਾਰ ਸੀ। ਠੀਕ ਹੈ, ਪਰ ਇੱਕ ਵਾਰ ਉਹ ਜ਼ਰੂਰ ਅਕਾਲੀ ਦਲ ਦੇ ਆਫੀਸ਼ਲ ਉਮੀਦਵਾਰ ਹੋਣ ਦੇ ਬਾਵਜੂਦ ਹਾਰ ਗਏ ਸੀ। ਬਰਾੜ ਸਾਹਿਬ, ਇਹਦੇ ਵਿਚ ਜਿਹੜੇ ਰਣਜੀਤ ਬਰਾੜ ਜਿਹੜੇ ਜਗਮੀਤ ਬਰਾੜ ਦੇ ਬ੍ਰਦਰ ਨੇ, ਤੇ ਉਹਨਾਂ ਨੂੰ ਨੀ ਲੱਗਦਾ ਕਿ ਕਾਂਗਰਸ ਦਾ ਪਿਛਲੇ ਸੀਨੀਅਰ MLA ਨੇ, ਉਹਨਾਂ ਨੂੰ ਕੋਈ ਇਸ ਕਿਸਮ ਦਾ ਬੈਨੀਫਿਟ ਮਿਲਣ ਦੀ ਸੰਭਾਵਨਾ? ਦੇਖੋ ਗੱਲ ਇਹ ਹੈਗੀ ਹੈ ਕਿ ਅਪਿੰਦਰ ਸ਼ਰਮਾ ਜਿਹੜੇ ਉਹਨਾਂ ਦਾ ਕੋਟਪੁਰੇ ਵਿਚ ਚੰਗਾ ਆਧਾਰ ਹੈ, ਉਹ ਬਾਗੀ ਕਾਂਗਰਸੀ ਸਮੇਂ ਤੋਂ ਖੜੇ ਨੇ, ਉਹਨਾਂ ਦਾ ਨੁਕਸਾਨ ਰਣਜੀਤ ਬਰਾੜ ਨੂੰ ਹੋਵੇਗਾ। ਰਣਜੀਤ ਬਰਾੜ ਦੀ ਆਪਣੇ ਤੌਰ ਤੇ ਬਹੁਤੀ ਇਲਾਕੇ ਦੇ ਵਿਚ ਧਾਂਤ ਜਾਂ ਲੋਕਾਂ ਨਾਲ ਸਹਿਚਾਰ ਨਹੀਂ ਗਾ, ਜੋ ਕੁਝ ਵੀ ਹੈਗਾ ਉਹ ਬਰਾੜ ਕਰਕੇ ਜਾਂ ਉਹਨਾਂ ਦੇ ਵੱਡੇ ਭਰਾ ਕਰਕੇ ਜੀ। ਤੋਂ ਉਸ ਸਥਿਤੀ ਵਿਚ ਲੱਗਦਾ ਕਿ ਇੰਦਰਜੀਤ ਸ਼ਰਮਾ, ਕਿਉਂਕਿ ਸਥਾਨ ਕੈਂਡੀਡੇਟ ਦਾ ਕੋਟਪੁਰੇ ਸ਼ਹਿਰ ਦਾ ਰਹਿਣ ਵਾਲਾ, ਉਹਨੇ ਮਾਕੇ ਜਿਆਦਾ ਨੁਕਸਾਨ ਕਰ ਦੇਣਾ ਕਾਂਗਰਸ ਦੇ ਆਫੀਸ਼ੀਅਲ ਕੈਂਡੀਡੇਟ ਦਾ। ਓਕੇ, ਤੇ ਜਿਹੜੇ CPI ਦਾ ਕੈਂਡੀਡੇਟ ਹੈ ਜਾਂ ਪੀਪਲਸ ਪਾਰਟੀ ਦਾ ਸਾਂਝੇ ਮੋਰਚੇ ਦਾ ਕੈਂਡੀਡੇਟ ਹੈ, ਉਹ ਵੀ ਉੱਥੇ ਕੁਛ ਆਪਣੀ ਹੋਂਦ ਦਿਖਾਉਣ ਦੇ ਕਾਬਿਲ ਹੈ? ਦੇਖੋ ਜੋ ਪ੍ਰਦੀਪ ਧਾਲੀਵਾਲ ਨੇ ਬਹੁਤ ਡਾਇਨਾਮਿਕ ਕੈਂਡੀਡੇਟ ਨੇ, ਡਾਇਨਾਮਿਕ ਵਿਅਕਤੀ ਨੇ, ਬੜਾ ਲੰਮਾ ਸਮਾਂ ਉਹ ਲੋਕਾਂ ਨਾਲ ਉਹਦਾ ਰਾਬਤਾ ਰਿਹਾ, ਬਲਾਕ ਕਮੇਟੀ ਦਾ ਚੇਅਰਮੈਨ ਵੀ ਰਿਹਾ ਪਹਿਲਾਂ, ਯਾਨੀ ਕਿ ਕਿਉਂਕਿ ਪੀਪੀ ਪਾਰਟੀ ਟੁੱਟਣ ਤੋਂ ਪਹਿਲਾਂ ਬਾਦਲ ਦਲ ਦਾ ਹਿੱਸਾ ਹੀ ਸੀ ਜੀ। ਪਰ ਸਥਿਤੀ ਇਹ ਹੈ ਕਿ ਉੱਥੇ ਪਵਨਪ੍ਰੀਤ ਜਿਹੜੇ ਖੜੇ ਨੇ CPI ਦੇ, ਇਹ ਮੈਂ ਕਿ ਬੜੀ ਅਜੀਬ ਗੱਲ ਹੈਗੀ ਹੈ ਕਿ ਇੱਕ ਪਾਸੇ ਸਾਂਝੇ ਮੋਰਚੇ ਦੇ ਵਿਚ ਪੀਪਲ ਪਾਰਟੀ ਨਾਲ ਸ਼ਾਮਿਲ ਨੇ ਆਪਣੇ CPI CPM, ਦੂਜੇ ਪਾਸੇ ਉਹਨਾਂ ਦਾ ਕੈਂਡੀਡੇਟ ਬਾਗੀ ਹੋ ਕੇ ਖੜਾ ਹੋ ਗਿਆ ਪਵਨਪ੍ਰੀਤ। ਮਤਲਬ ਬਾਗੀ ਇਕੱਲੇ ਅਕਾਲੀ ਜਾਂ ਕਾਂਗਰਸ ਨੀ ਖੜੇ, ਸਾਂਝਾ ਮੋਰਚਾ ਦਾ ਬਾਗੀ ਵੀ ਉੱਥੇ, ਸਾਂਝੇ ਮੋਰਚੇ ਦੇ ਬਾਗੀ ਵੀ ਖੜੇ ਨੇ। ਸੋ ਲੇਕਿਨ ਇਹ ਬਾਗੀਆਂ ਚੋਂ ਉਪਿੰਦਰ ਸ਼ਰਮਾ ਤੁਹਾਡੇ ਮੁਤਾਬਕ ਸਭ ਤੋਂ ਜਿਆਦਾ ਜਿਹੜਾ ਨੁਕਸਾਨ ਪਹੁੰਚਾ ਰਿਹਾ ਆਫੀਸ਼ੀਅਲ ਕੈਂਡੀਡੇਟ ਨੂੰ? ਆਫੀਸ਼ੀਅਲ ਕੈਂਡੀਡੇਟ ਨੂੰ ਕਿਉਂਕਿ ਸਭ ਤੋਂ ਵੱਧ ਸ਼ਾਂਤ ਪਹੁੰਚਾ ਰਿਹਾ ਹੈ, ਤੇ ਮਨਤਾਰ ਬਰਾੜ ਦੇ ਕਿਉਂਕਿ ਪੁਰਾਣੇ ਲਿੰਕ ਨੇ, ਉਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਪੋਸੀਬਲ ਹੈ ਤੇ ਸਾਰਿਆਂ ਦੀ ਨੈਕ ਟੂ ਨੈਕ ਫਾਈਟ ਜੀ, ਮਨਤਾਰ ਬਰਾੜ ਰਣਜੀਤ ਬਰਾੜ ਤੇ ਖਿੰਦਰ ਸ਼ਰਮਾ ਦੀ ਨੈਕ ਟੂ ਨੈਕ ਫਾਈਟ ਆ, ਪਰ ਇਸ ਦੇ ਬਾਵਜੂਦ ਲੱਗਦਾ ਹੈ ਕਿ ਜਿਆਦਾ ਜਿਹੜਾ ਨੁਕਸਾਨ ਆ ਉਹ ਰਣਜੀਤ ਬਰਾੜ ਦਾ ਪਿੰਦਰ ਸ਼ਰਮਾ ਕਰ ਰਿਹਾ ਹੈ, ਤੇ ਮਨਤਾਰ ਬਰਾੜ ਦਾ ਥੋੜਾ ਜਿਹਾ ਪਰਹੈਂਡ ਲੱਗ ਰਿਹਾ, ਬਾਕੀ ਇਹ ਚੋਣਾਂ ਕੁਛ ਕਿਹਾ ਨਹੀਂ ਜਾ ਸਕਦਾ। ਬਰਾੜ ਸਾਹਿਬ, ਰਜਿੰਦਰਪਾਲ ਬਰਾੜ ਜੀ, ਤੁਹਾਡਾ ਧੰਨਵਾਦ, ਤੁਸੀਂ ਕੋਟਪੁਰਾ ਤੋਂ ਜਿਹੜੀ ਇਹ ਗੱਲ ਕੀਤੀ ਹੈ ਕਿ ਜਿਹੜਾ ਮਨਤਾਰ ਬਰਾੜ ਹੈ ਉਹਦਾ ਕਾਰਨ ਇਹ ਹੈ ਕਿ ਆਪਣੇ ਹੀ ਜਿਹੜੇ ਕੈਂਡੀਡੇਟ ਤੋਂ, ਅਫੀਸ਼ੀਅਲ ਕੈਂਡੀਡੇਟ ਤੋਂ ਅਪਿੰਦਰ ਸ਼ਰਮਾ ਤੋਂ ਰਣਜੀਤ ਬਰਾੜ ਨੂੰ ਵੱਡਾ ਖਤਰਾ ਬਣਿਆ ਹੋਇਆ, ਇਸ ਕਰਕੇ ਕੋਟਕਪੁਰਾ ਦੀ ਸਥਿਤੀ ਦੇ ਵਿਚ ਹਾਲ ਦੀ ਘੜੀ ਜਿਹੜਾ ਮਨਤਾਰ ਬਰਾੜ, ਕਿਉਂਕਿ ਹੁਣ ਬੜੇ ਥੋੜੇ ਦਿਨ ਰਹਿ ਗਏ ਨੇ ਜੇ ਅਸੀਂ ਕੋਈ ਅਨਾਲਿਸਿਸ ਕਰਨ ਨੂੰ, ਹਵਾ ਦਾ ਰੁੱਖ ਜਿਹੜਾ ਹੈ ਉਹ ਲੱਗਦਾ ਇਹ ਹੈ ਕਿ ਹੁਣ ਮਨਤਾਰ ਬਰਾੜ ਵੱਲ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜੀ ਹੈ ਇੱਕ ਨਿਰਪੱਖ ਤੇ ਸਹੀ ਜਾਣਕਾਰੀ ਦਿੱਤੀ, ਕਿਉਂਕਿ ਤੁਸੀਂ ਉਸ ਇਲਾਕੇ ਨਾਲ ਸੰਬੰਧਿਤ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ। ਪਿਆਰੇ ਦਰਸ਼ਕੋ, ਤੁਸੀਂ ਰਜਿੰਦਰਪਾਲ ਬਰਾੜ ਜਿਹੜੇ ਆਪਣੇ ਕੋਟਕਪੁਰੇ ਦੇ ਸੀ, ਉਹਨਾਂ ਦੀ ਗੱਲ ਸੁਣੀ।
ਗੱਲ ਲਗਭਗ ਜਿਹੜੀ ਅਸੀਂ ਐਨਾਲਿਸਿਸ ਕਰਦੇ ਆ ਰਹੇ ਹਾਂ ਕਿ ਕਾਂਗਰਸ ਦੇ ਬਾਗੀਆਂ ਨੂੰ ਕਾਂਗਰਸ ਤੋਂ ਇੱਕ ਵੱਡਾ ਖਤਰਾ ਹੈ, ਉਸ ਕਿਸਮ ਦੀ ਗੱਲ ਜਿਹੜੀ ਹੈ ਸਾਨੂੰ ਨਜ਼ਰ ਆਉਂਦੀ ਹੈ। ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਇੱਕ ਸਿੱਧੀ ਗੱਲਬਾਤ ਤੁਹਾਡੇ ਡਾਕਟਰ ਖਾਨ ਨਾਲ ਕਰਾ ਸਕੀਏ, ਜਿਹੜੇ ਕਿ ਖੁਦ ਸਿਆਸੀ ਪੰਡਿਤ ਨੇ ਔਰ ਉਹ ਕੁਛ ਇਲਾਕਿਆਂ ਚ ਸਿੱਧੇ ਤੌਰ ਤੇ ਉਨ੍ਹਾਂ ਨੇ ਜਾ ਕੇ ਜਿਹੜੀ ਗੱਲਬਾਤ ਕੀਤੀ ਹੈ। ਡਾਕਟਰ ਜਿਹੜੇ ਜਮਸ਼ੇਦ ਅਲੀ ਖਾਨ ਨੇ ਉਹ ਪੰਜਾਬ, ਜਿਵੇਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿਚ ਜਿੱਥੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ, ਉੱਥੇ ਉਹ ਅੱਜ ਕੱਲ ਉਥੋਂ ਦੇ ਡੀਨ ਕਾਲਜ ਦਾ ਵੀ ਉਹਨਾਂ ਨੇ ਜਿਹੜਾ ਹੈ ਉਹਨਾਂ ਕੋਲ ਚਾਰਜ ਹੈ। ਤੇ ਖਾਨ ਸਾਹਿਬ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ, ਖਾਨ ਸਾਹਿਬ ਨਾਲ ਸਾਡਾ ਰਾਬਤਾ ਬਣ ਗਿਆ। ਖਾਨ ਸਾਹਿਬ, ਤੁਹਾਡਾ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਚ ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਖਾਨ ਸਾਹਿਬ, ਜਿਵੇਂ ਕਿ ਤੁਸੀਂ ਇੱਕ ਪੰਜਾਬ ਦੇ ਵੱਡੇ ਸਿਆਸੀ ਪੰਡਿਤ ਹੋ, ਪੰਜਾਬ ਦੀ ਰਾਜਨੀਤੀ ਤੇ ਤੁਹਾਡੀ ਪੁਸਤਕ ਬੜੀ ਜਿਹੜੀ ਮਕਬੂਲ ਹੋਈ ਹੈ, ਮੈਂ ਕਿਸੇ ਖਾਸ ਵਿਧਾਨ ਸਭਾ ਹਲਕੇ ਤੋਂ ਜਾਣ ਤੋਂ ਪਹਿਲਾਂ ਜਿਨ੍ਹਾਂ ਦੇ ਮੈਂ ਸਮਝਦਾ ਕਿ ਤੁਹਾਡਾ ਤੁਸੀਂ ਜ਼ਿਕਰ ਕਰੋਗੇ, ਮੈਂ ਇੱਕ ਸਮੁੱਚੇ ਤੌਰ ਤੇ ਪੰਜਾਬ ਦੀ ਜਿਹੜੀ ਇੱਕ ਜਿਹੜੀ ਇਸ ਚੋਣ ਦੇ ਬਾਰੇ ਸਵਾਲ ਕਰਨਾ ਚਾਹੁੰਦਾ ਹੈ। ਜਿਹੜੇ ਵਿਸ਼ਵ ਦੇ ਵਿੱਚ ਖਬਰ ਦੇ ਨਜ਼ਰ ਦੇ ਦਰਸ਼ਕ ਨੇ ਉਹ ਜਾਣਨਾ ਚਾਹੁੰਦੇ ਨੇ, ਅੱਜ ਇਸ ਵਾਰ ਦੀ ਵਿਧਾਨ ਸਭਾ ਚੋਣ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਕਿਵੇਂ ਵੱਖਰੀ ਕਹਿੰਦੇ ਹੋ ਤੁਸੀਂ? ਜਿਹੜਾ ਪਿਛਲਾ ਟ੍ਰੈਂਡ ਹੈ ਜੀ, ਉਹਦੇ ਹਿਸਾਬ ਨਾਲ ਆਲਟਰਨੇਟਿਵਲੀ ਅਕਾਲੀ ਦਲ ਤੇ ਬੀਜੇਪੀ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਜੀ, ਲੇਕਿਨ ਇਸ ਵਾਰੀ ਇਹ ਲੱਗਦਾ ਹੈ ਕਿ ਜੋ ਆਊਟ ਗੋਇੰਗ ਜਾਂ ਮੌਜੂਦਾ ਸਰਕਾਰ ਹੈ ਜੀ ਅਕਾਲੀ ਭਾਜਪਾ ਦੀ, ਉਹ ਦੁਬਾਰਾ ਕਲੇਮ ਕਰ ਰਹੀ ਹੈ ਕਿ ਡਿਵੈਲਪਮੈਂਟ ਦੇ ਨਾਮ ਤੇ ਸਾਨੂੰ ਦੁਬਾਰਾ ਇੱਕ ਹੋਰ ਮੌਕਾ ਮਿਲਣਾ ਚਾਹੀਦਾ ਤਾਂ ਕਿ ਇਹ ਡਿਵੈਲਪਮੈਂਟ ਦਾ ਕੰਮ ਚਾਲੂ ਰਹਿ ਸਕੇ ਜੀ। ਔਰ ਇਸ ਸੰਦਰਭ ਦੇ ਵਿਚ ਦੋਨਾਂ ਕੰਬੀਨੇਸ਼ਨ ਦੇ ਵਿਚ ਸੱਤਾ ਲਈ ਬੜਾ ਜ਼ਬਰਦਸਤ ਮੁਕਾਬਲਾ ਹੋ ਰਿਹਾ ਜੀ, ਔਰ ਲੋਕਾਂ ਨੂੰ ਇਹ ਡਿਸਾਈਡ ਕਰਨਾ ਔਖਾ ਹੋ ਰਿਹਾ ਕਿ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਜੀ। ਇਹ ਬੜਾ ਕਨਫਿਊਜ਼ਨ ਹੈ ਲੋਕਾਂ ਦੇ ਵਿਚ। ਕੁਛ ਲੋਕਾਂ ਨੂੰ ਇਹ ਲੱਗਦਾ ਕਿ ਅਕਾਲੀ ਬੀਜੇਪੀ ਜਿਹੜੀ ਸਰਕਾਰ ਹੈ ਉਹ ਦੁਬਾਰਾ ਰਿਪੀਟ ਕਰ ਸਕਦੀ ਹੈ। ਇਸ ਦੇ ਉਲਟ ਕੁਛ ਲੋਕਾਂ ਨੂੰ ਇਹ ਲੱਗਦਾ ਕਿ ਜਿਹੜਾ ਪੁਰਾਣਾ ਟ੍ਰੈਂਡ ਹੈ ਉਹੀ ਕੰਟੀਨਿਊ ਰਹੇਗਾ। ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ। ਮੈਂ ਤੁਹਾਨੂੰ ਸਿੱਧੇ ਤੌਰ ਤੇ ਤਾਂ ਨਹੀਂ ਪੁੱਛਦਾ, ਕਿਉਂਕਿ ਚਾਰ ਸਰਵੇ ਜਿਹੜੇ ਚੈਨਲ ਨੇ ਕੀਤੇ ਨੇ, ਇੰਡੀਆ ਟੂਡੇ ਨੇ ਕੀਤਾ, ਅਮਰ ਉਜਾਲਾ ਤੇ ਇੰਡੀਆ ਟੀਵੀ ਨੇ ਕੀਤਾ, ਔਰ ਸਟਾਰ ਨਿਊਜ਼ ਨੇ ਕੀਤਾ ਤੇ ਟਾਈਮ 24 ਨੇ ਕੀਤਾ। ਇਹ ਤਾਂ ਨਹੀਂ ਮੈਂ ਤੁਹਾਨੂੰ ਪੁੱਛਾਂਗਾ, ਕਿਉਂਕਿ ਸਾਰੇ ਸਾਡੇ ਦਰਸ਼ਕ ਜਾਣਦੇ ਨੇ ਕਿ ਦੋ ਜਿਹੜੇ ਸਰਵੇ ਨੇ ਉਹ ਅਕਾਲੀ ਭਾਜਪਾ ਦੇ ਹੱਕ ਚ ਆਏ ਨੇ ਤੇ ਦੋ ਜਿਹੜੇ ਕਾਂਗਰਸ ਦੀ ਸਰਕਾਰ ਬਣਾਉਂਦੇ ਨੇ। ਲੇਕਿਨ ਖਾਨ ਸਾਹਿਬ, ਮੈਂ ਜਿਹੜਾ ਤੁਹਾਨੂੰ ਅਗਲਾ ਸਵਾਲ ਕਰਨਾ ਉਹ ਇਹ ਹੈ ਕਿ ਤੁਸੀਂ ਲਹਿਰਾ ਗਾਗਾ ਦੇ ਵਿਚ ਵਿਚਰ ਕੇ ਆਏ ਹੋ, ਕੀ ਲੱਗਦਾ ਲਹਿਰੇ ਗਾਗੇ ਦੀ ਸਥਿਤੀ? ਲਹਿਰੇ ਗਾਗਾ ਦੇ ਵਿਚ ਜੋ ਸਥਿਤੀ ਹੈ, ਪਹਿਲਾਂ ਤਾਂ ਹਮੇਸ਼ਾ ਹੀ ਇਥੇ ਡਾਇਰੈਕਟ ਕੰਟੈਸਟ ਹੁੰਦਾ ਰਿਹਾ ਜੀ ਅਕਾਲੀ ਦਲ ਤੇ ਬੀਜੇਪੀ ਦੇ ਵਿਚ ਜੀ, ਲੇਕਿਨ ਇਸ ਵਾਰੀ ਭਗਵੰਤ ਮਾਨ ਦੇ ਪੀਪੀ ਕੈਂਡੀਡੇਟ ਦੇ ਤੌਰ ਤੇ ਆਉਣ ਦੇ ਨਾਲ ਇਹ ਵਰਚੁਅਲੀ ਜਿਹੜਾ ਹੈ ਥ੍ਰੀ ਕਾਰਨਰ ਕੰਟੈਸਟ ਹੋ ਗਿਆ, ਮਤਲਬ ਕਿਉਂਕਿ ਭਗਵੰਤ ਮਾਨ ਵੀ ਕਾਫੀ ਲੋਕਾਂ ਨੂੰ ਆਪਣੀ ਤਰਫ ਖਿੱਚ ਰਹੇ ਨੇ, ਲੇਕਿਨ ਇਹ ਦੇਖਣਾ ਹੈ ਕਿ ਉਹ ਇਹਨਾਂ ਇਸ ਇਕੱਠ ਨੂੰ ਵੋਟਾਂ ਚ ਕਿੰਨਾ ਟ੍ਰਾਂਸਲੇਟ ਕਰ ਪਾਉਂਦੇ ਹੈਗੇ। ਮਤਲਬ ਲੇਕਿਨ ਇਹ ਲੱਗਦਾ ਕਿ ਉੱਥੇ ਥ੍ਰੀ ਕਾਰਨਰ ਕੰਟੈਸਟ ਹੈ। ਮਤਲਬ ਭਗਵੰਤ ਮਾਨ, ਰਜਿੰਦਰ ਕੌਰ ਭੱਠਲ ਔਰ ਸੁਖਵੰਤ ਸਰਾਓ, ਤਿੰਨਾਂ ਚ ਬਰਾਬਰ ਦਾ ਮੁਕਾਬਲਾ ਤੁਸੀਂ ਮੰਨਦੇ ਹੋ? ਬਰਾਬਰ ਦਾ ਮੁਕਾਬਲਾ ਹੈ। ਦਰਅਸਲ ਇਹ ਜਿਹੜੀ ਕੌਂਸਟੀਚੁਐਂਸੀ ਹੈ ਡੀਲਿਮਿਟੇਸ਼ਨ ਤੋਂ ਬਾਅਦ, ਇਹਦੇ ਵਿਚ ਤਿੰਨ ਕਸਬੇ ਆਉਂਦੇ ਨੇ, ਲਹਿਰਾ ਗਾਗਾ, ਮੂਨਕ, ਖਨੌਰੀ ਅਤੇ 72 ਵਿਲੇਜਿਸ ਜੀ। ਇਹ 72 ਵਿਲੇਜਿਸ ਦੇ ਵਿਚੋਂ 25-26 ਐਸੇ ਵਿਲੇਜਿਸ ਹੈਗੇ ਜੋ ਹਰਿਆਣੇ ਦੇ ਬਾਰਡਰ ਤੇ ਨੇ ਜੀ, ਔਰ ਕਾਫੀ ਬੈਕਵਰਡ ਹੈਗੇ। ਅੱਛਾ, ਇਸ ਤਰ੍ਹਾਂ ਦੀ ਇਹਦੀ ਇਹਦੀ ਕੰਪੋਜੀਸ਼ਨ ਹੈ। ਓਕੇ, ਤੇ 2007 ਦੇ ਵਿਚ
ਮੈਡਮ ਭੱਠਲ ਨੇ ਇਹ ਸੀਟ ਜਿਹੜੀ ਹੈ 248 ਵੋਟਾਂ ਤੇ ਸਿਰਫ ਜਿੱਤੀ ਸੀ ਤੇ ਲੇਕਿਨ ਉਸ ਤੋਂ ਬਾਅਦ ਲੋਕ ਸਭਾ ਇਲੈਕਸ਼ਨਾਂ ਹੋਈਆਂ 2009 ਦੇ ਵਿਚ ਜੀ ਤੇ ਉਸ 2009 ਦੀਆਂ ਲੋਕ ਸਭਾ ਇਲੈਕਸ਼ਨ ਨੂੰ ਜੇ ਅਸੀਂ ਅਸੈਂਬਲੀ ਵਾਈਜ਼ ਦੇਖੀਏ ਜੀ ਤਾਂ ਅਕਾਲੀ ਦਲ ਨੇ ਇਹ ਸੀਟ ਤਕਰੀਬਨ 11,000 ਦੇ ਫਰਕ ਨਾਲ ਜਿੱਤੀ ਹੋਈ ਹੈ ਬਿਲਕੁਲ ਠੀਕ ਹੈ ਹਾਂਜੀ ਖਾਨ ਸਾਹਿਬ ਲੱਗਦਾ ਇਹ ਹੈ ਕਿ ਭੱਠਲ ਭਾਵੇਂ ਸੀਟ ਜਿੱਤ ਗਏ ਮੈਡਮ ਭੱਠਲ ਪਰ ਉਹ ਇਸ ਇਲਾਕੇ ਦਾ ਕੋਈ ਜ਼ਿਆਦਾ ਸੁਧਾਰ ਨਹੀਂ ਹੋਇਆ ਉਹਨਾਂ ਦੇ ਟਾਈਮ ਔਰ ਇਹ ਵੀ ਲੋਕਾਂ ਦੇ ਮਨਾਂ ਚ ਗੱਲ ਹੈ ਤੁਹਾਡੀ ਗੱਲ ਕਾਫੀ ਅਜਾ ਠੀਕ ਹੈ ਕਿ ਭਗਵੰਤ ਮਾਨ ਵੀ ਕਾਫੀ ਮਕਬੂਲ ਕੈਂਡੀਡੇਟ ਤੌਰ ਤੇ ਲੋਕਾਂ ਚ ਪਹੁੰਚ ਰਿਹਾ ਜੇ ਮੈਂ ਹੁਣ ਥੋੜਾ ਜਿਹਾ ਲਹਿਰਾ ਗਾਗੇ ਤੋਂ ਸੁਨਾਮ ਵੱਲ ਨੂੰ ਆਵਾਂ ਸੁਨਾਮ ਬਾਰੇ ਤੁਹਾਡਾ ਕੀ ਖਿਆਲ ਹੈ ਸੁਨਾਮ ਜੋ ਹੈ ਜੀ ਉਹ ਇਹ ਬੜੀ ਪ੍ਰੈਸਟੀਜੀਅਸ ਸੀਟ ਵੀ ਬਣੀ ਹੋਈ ਹੈ ਇਥੋਂ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਦੇ ਕੈਂਡੀਡੇਟ ਜੀ ਅਤੇ ਅਮਨ ਅਰੋੜਾ ਜੀ ਦਾ ਮੁਕਾਬਲਾ ਹੈ ਤੇ ਦੋਨੋ ਹੀ ਕੈਂਡੀਡੇਟ ਕਾਫੀ ਇਨਫਲੂਐਂਸ ਵਾਲੇ ਹੈਗੇ ਜੀ ਪਰਮਿੰਦਰ ਢੀਂਡਸਾ ਜੀ ਨੇ 2002 ਤੇ 2007 ਦੇ ਵਿਚ ਇਹ ਸੀਟ ਜਿੱਤੀ ਹੈ ਜੀ ਇਸ ਕਰਕੇ ਉਹਨਾਂ ਦਾ ਉੱਥੇ ਕਾਫੀ ਪ੍ਰਭਾਵ ਹੈ ਏਰੀਏ ਦੇ ਵਿਚ ਚਾਹੇ ਮੁਕਾਬਲਾ ਸਖ਼ਤ ਹੈ ਲੇਕਿਨ ਲੱਗਦਾ ਹੈ ਕਿ ਜੋ ਉਹਨਾਂ ਨੇ ਡਿਵੈਲਪਮੈਂਟ ਕੰਮ ਕੀਤੇ ਹੈਗੇ ਉੱਥੇ ਵਿਕਾਸ ਦੇ ਕਾਰਜ ਕੀਤੇ ਨੇ ਠੀਕ ਹੈ ਇਸ ਤੋਂ ਇਲਾਵਾ ਸਾਰਾ ਹੀ ਢੀਂਡਸਾ ਪਰਿਵਾਰ ਲੋਕਾਂ ਦੀ ਸੇਵਾ ਦੇ ਵਿਚ ਲੱਗਿਆ ਰਹਿੰਦਾ ਸਾਰਾ ਦਿਨ ਉਸ ਤੋਂ ਇਹ ਲੱਗਦਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦਾ ਉੱਥੇ ਐਜ ਹੋਣਾ ਚਾਹੀਦਾ ਜੀ ਸੋ ਤੁਹਾਨੂੰ ਲੱਗਦਾ ਕਿ ਪਰਮਿੰਦਰ ਸਿੰਘ ਢੀਂਡਸਾ ਆਪਣੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿਚ ਗਿਆ ਤੇ ਉਹਨੂੰ ਲੋਕ ਕਿਤੇ ਨਾ ਕਿਤੇ ਸਪੋਰਟ ਕਰ ਰਹੇ ਨੇ ਉਹਨਾਂ ਦੇ ਜੋ ਕੰਮ ਹੈਗੇ ਜੀ ਵਿਕਾਸ ਕਾਰਜ ਜੋ ਉਹਨਾਂ ਨੇ ਕੀਤੇ ਨੇ ਵੈਸੇ ਵੀ ਉਹਨਾਂ ਦਾ ਜੋ ਬੋਲ ਚਾਲ ਦਾ ਤਰੀਕਾ ਹੈ ਬਹੁਤ ਮਿੱਠ ਬੋਲੜੇ ਹਨ ਲੋਕਾਂ ਨਾਲ ਬੜਾ ਅੱਛਾ ਅਸਰ ਰਸੂਖ ਹੈ ਜੀ ਉਹ ਸਾਰੀ ਸੰਦਰਭ ਦੇ ਵਿਚ ਇਹ ਲੱਗਦਾ ਕਿ ਢੀਂਡਸਾ ਸਾਹਿਬ ਦਾ ਉੱਥੇ ਐਜ ਹੈ ਖਾਨ ਸਾਹਿਬ ਤੁਸੀਂ ਕਿਉਂਕਿ ਮਲੇਰਕੋਟਲਾ ਨੂੰ ਬਿਲੋਂਗ ਕਰਦੇ ਹੋ ਔਰ ਮਲੇਰਕੋਟਲਾ ਹਮੇਸ਼ਾ ਹੀ ਖਰਕ ਹਾਲਾਂਕਿ ਕੋਈ ਇੱਕ ਸੀਟ ਹੈ ਜਿਹੜੀ ਮੈਂ ਸਮਝਦਾ ਜਿਹੜੀ ਜਿਹਨੂੰ ਮੁਸਲਿਮ ਸੀਟ ਦੇ ਨਾਂ ਤੇ ਪੰਜਾਬ ਦੀ ਅਸੈਂਬਲੀ ਦੇ ਵਿਚ ਜਾਣਿਆ ਜਾਂਦਾ ਚਾਹੇ ਉਹ ਨਵਾਬ ਸਾਹਿਬ ਦੇ ਵੇਲੇ ਤੋਂ ਇਸ ਤਰ੍ਹਾਂ ਚੱਲਦਾ ਇਹ ਹਮੇਸ਼ਾ ਖਬਰਾਂ ਚ ਰਹਿੰਦੀ ਹੈ ਇਸ ਵਾਰ ਵੀ ਉਹ ਖਬਰਾਂ ਚ ਰਹੀ ਕੱਲ ਪਿਆਰੇ ਦਰਸ਼ਕੋ ਤੁਸੀਂ ਦੇਖਿਆ ਸੀ ਕਿ ਮਹੇਸ਼ ਸ਼ਰਮਾ ਜਿਹੜੇ ਟ੍ਰਿਬਿਊਨ ਦੇ ਰਿਪੋਰਟਰ ਨੇ ਉਨ੍ਹਾਂ ਨੇ ਗੱਲ ਕੀਤੀ ਸੀ ਤੇ ਖਾਨ ਸਾਹਿਬ ਕਿਉਂਕਿ ਮਲੇਰਕੋਟਲੇ ਦੀਆਂ ਜੜਾਂ ਤੋਂ ਵਾਕਫ ਨੇ ਉਸ ਕਮੇਟੀ ਚੋਂ ਪੈਦਾ ਹੋਏ ਨੇ ਅੱਜ ਡਾਕਟਰ ਜਮਸ਼ੇਦ ਅਲੀ ਖਾਨ ਮਲੇਰਕੋਟਲਾ ਵਿਧਾਨ ਸਭਾ ਹਲਕੇ ਬਾਰੇ ਕੀ ਕਹਿੰਦੇ ਨੇ ਅੱਜ ਇਨ੍ਹਾਂ ਤੋਂ ਸੁਣਦੇ ਆ ਹਾਂਜੀ ਸਰ ਇਹ ਸੀਟ ਕਾਫੀ ਇੰਪੋਰਟੈਂਟ ਬਣੀ ਹੋਈ ਹੈ ਕਿਉਂਕਿ ਦੋਨੋ IPS ਆਫਿਸਰ ਜੀ ਦੀਆਂ ਵਾਈਜ਼ ਇਥੋਂ ਇਲੈਕਸ਼ਨ ਲੜ ਰਹੀਆਂ ਹਨ ਮੁਸਤਫਾ ਸਾਹਿਬ ਜੋ ਕਿ ADGP ਹਨ ਪੁਲਿਸ ਦੇ ਵਿਚ ਜੀ ਉਹਨਾਂ ਦੀ ਵਾਈਫ ਰਜ਼ੀਆ ਸੁਲਤਾਨਾ ਕਾਂਗਰਸ ਦੀ ਟਿਕਟ ਤੋਂ ਇਲੈਕਸ਼ਨ ਲੜ ਰਹੇ ਹਨ ਤੇ ਮੁਹੰਮਦ ਇਜ਼ਹਾਰ ਆਲਮ ਜੀ ਜੋ ਰਿਟਾਇਰਡ DGP ਹਨ ਜੀ ਉਹਨਾਂ ਦੀ ਵਾਈਫ ਅਕਾਲੀ ਦਲ ਦੀ ਟਿਕਟ ਤੋਂ ਇਲੈਕਸ਼ਨ ਲੜ ਰਹੀ ਹੈ ਜੀ ਇਸ ਕਰਕੇ ਬੜੀ ਸੀਟ ਇੰਪੋਰਟੈਂਟ ਬਣੀ ਹੋਈ ਹੈ ਔਰ ਡੀਲਿਮਿਟੇਸ਼ਨ ਤੋਂ ਬਾਅਦ ਇਹ ਸੀਟ ਦੀ ਕੰਪੋਜੀਸ਼ਨ ਦੇ ਵਿਚ ਫਰਕ ਪਿਆ ਜੀ ਇਹ ਜਿਹੜੀ ਸੀਟ ਹੈ ਇੱਕ ਮਿਕਸ ਟਾਈਪ ਕੌਂਸਟੀਚੁਐਂਸੀ ਹੈ ਹੁਣ ਮੁਸਲਿਮ ਵੋਟਾਂ ਦੀ ਗਿਣਤੀ ਅੱਗੇ ਨਾਲੋਂ ਘਟੀ ਹੈ ਇਹਦੇ ਚ ਮੁਸਲਿਮ ਵੋਟਸ ਦੀ ਗਿਣਤੀ ਇਹਦੇ ਵਿਚ ਵਧੀ ਹੈ ਬਲਕਿ ਜੀ ਕਿਉਂਕਿ ਪਹਿਲਾਂ ਤਕਰੀਬਨ 46% ਮੁਸਲਿਮ ਵੋਟਰ ਸੀ ਇੱਥੇ ਜੀ ਜਿਹੜੀ ਗਿਣਤੀ ਵੱਧ ਕੇ ਹੁਣ 52% ਹੋ ਗਈ ਜੀ ਤੇ 37% ਸਿੱਖ ਵੋਟਰ ਹੈ ਜੀ 11% ਹਿੰਦੂ ਵੋਟਰ ਹੈ ਓਕੇ ਔਰ 55% ਇੱਥੇ ਅਰਬਨ ਵੋਟਰ ਹੈ ਔਰ 45% ਰੂਰਲ ਹੈ ਇਸ ਤਰ੍ਹਾਂ ਮਿਲਾ ਕੇ ਇਹ ਇੱਕ ਮਿਕਸਡ ਕੌਂਸਟੀਚੁਐਂਸੀ ਹੈ ਔਰ ਮੁੱਖ ਮੁਕਾਬਲਾ ਇੱਥੇ ਦੋਨੇ ਹੀ ਕੈਂਡੀਡੇਟਸ ਦੇ ਵਿਚ ਹੈ ਕਾਂਗਰਸ ਦੀ ਮੈਡਮ ਰਜ਼ੀਆ ਸੁਲਤਾਨਾ ਅਤੇ ਅਕਾਲੀ ਦਲ ਦੇ ਫਰਜ਼ਾਨਾ ਆਲਮ ਦੇ ਵਿਚ ਮੁਕਾਬਲਾ ਹੈ
ਹਵਾ ਦਾ ਰੁਖ ਕਿਹੜੇ ਪਾਸੇ ਹੋਇਆ ਖਾਨ ਸਾਹਿਬ? ਹਵਾ ਦਾ ਰੁਖ ਇਹ ਹੈ ਕਿ ਪਿਛਲੇ 2-3 ਸਾਲਾਂ ਦੇ ਵਿਚ ਫਿਰਜ਼ਾਨਾ ਆਲਮ ਦੇ ਹਸਬੈਂਡ ਜੀ ਇਜ਼ਹਾਰ ਆਲਮ ਸਾਹਿਬ ਵਕਫ ਬੋਰਡ ਦੇ ਚੇਅਰਮੈਨ ਰਹਿਣ ਅਤੇ ਹਲਕਾ ਇੰਚਾਰਜ ਅਕਾਲੀ ਦਲ ਦੇ ਰਹਿਣ, ਠੀਕ ਹੈ, ਉਹਨਾਂ ਨੇ ਏਰੀਏ ਦੇ ਵਿਚ ਏਰੀਏ ਵਿਚ ਕਾਫੀ ਕੰਮ ਕੀਤਾ ਹੈ ਜੀ, ਸਿੱਖਿਆ ਦੇ ਖੇਤਰ ਵਿਚ, ਹੈਲਥ ਦੇ ਖੇਤਰ ਵਿਚ ਤੇ ਡਿਵੈਲਪਮੈਂਟ ਕੰਮ ਕਾਫੀ ਹੋਇਆ ਜੀ, ਉਸ ਸਾਰੀ ਚੀਜ਼ ਨੂੰ ਉੱਥੇ ਦਾ ਵੋਟਰ ਐਪਰੀਸ਼ੀਏਟ ਕਰਦਾ ਹੈ ਤੇ ਉਸ ਆਧਾਰ ਤੇ ਕਾਫੀ ਉੱਥੇ ਹਵਾ ਬਣੀ ਹੋਈ ਹੈ ਅਕਾਲੀ ਦਲ ਦੇ ਹੱਕ ਦੇ ਵਿਚ ਜੀ। ਖਾਨ ਸਾਹਿਬ ਇਹ ਜਿਹੜੀ ਤੁਸੀਂ ਮਲੇਰਕੋਟਲੇ ਦਾ ਐਨਾਲਿਸਿਸ ਕੀਤਾ ਤੁਸੀਂ ਮਤਲਬ ਤੁਹਾਨੂੰ ਲੱਗ ਰਿਹਾ ਹੈ ਇਹਦੇ ਚ ਫੈਕਟਰ ਮੇਰਾ ਖਿਆਲ ਇਹ ਵੀ ਹੈ ਕਿ ਜਿਵੇਂ ਮੈਂ ਕੱਲ ਆਪਣੇ ਦਰਸ਼ਕਾਂ ਨਾਲ ਗੱਲ ਕੀਤੀ ਸੀ ਕਿ ਵਕਫ ਬੋਰਡ ਦਾ ਚੇਅਰਮੈਨ ਹੋਣਾ ਵੀ ਆਲਮ ਪਰਿਵਾਰ ਨੂੰ ਕਾਫੀ ਫਾਇਦਾ ਦੇ ਰਿਹਾ, ਇਹ ਬਹੁਤ ਬੜਾ ਪੈਟਰਨ ਐਮਰਜ ਹੋ ਰਿਹਾ ਮਲੇਰਕੋਟਲੇ ਦੇ ਵਿਚ ਜੀ, ਜਿਹੜੀ ਪੋਲੀਟੀਕਲ ਪਾਰਟੀ ਦੇ ਕੋਲੇ ਵਕਫ ਬੋਰਡ ਦੀ ਕਮਾਂਡ ਹੁੰਦੀ ਹੈ ਜੀ ਉਹਨੂੰ ਇਸ ਚੀਜ਼ ਦਾ ਐਡਵਾਂਟੇਜ ਹੁੰਦਾ ਹੈ ਜੀ ਕਿ ਉਹ ਮੁਸਲਿਮ ਦੀ ਵੈਲਫੇਅਰ ਵਾਸਤੇ ਉੱਥੇ ਕਾਫੀ ਕੰਮ ਕਰ ਸਕਦੀ ਹੈ ਜੀ। ਖਾਨ ਸਾਹਿਬ ਦੱਸੋ ਕੀ ਕਹਿ ਰਹੇ ਸੀ? ਹਾਂਜੀ, ਤੇ ਇਸੇ ਸੰਦਰਭ ਦੇ ਵਿਚ ਪਿਛਲੇ 2-2.5 ਸਾਲਾਂ ਤੋਂ ਜੀ ਅਕਾਲੀ ਕੈਂਡੀਡੇਟ ਨੇ ਮੁਸਲਿਮ ਕਮਿਊਨਿਟੀ ਵਾਸਤੇ ਬਹੁਤ ਕੰਮ ਕੀਤੇ ਹੈ। ਖਾਨ ਸਾਹਿਬ ਡਾਕਟਰ ਜਮਸ਼ੇਦ ਅਲੀ ਖਾਨ ਪਹਿਲੇ ਦੱਸ ਕੇ ਸਾਡੇ ਨਾਲ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ ਖਾਨ ਸਾਹਿਬ, ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਜਿਹੜੇ ਵਿਸ਼ਵ ਚ ਬੈਠੇ ਸਾਡਾ ਪ੍ਰੋਗਰਾਮ ਸੁਣ ਤੇ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਇੰਨੀ ਬਹੁਮੁੱਲ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਬਹੁਤ ਬਹੁਤ। ਪਹਿਲੇ ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਸੀ ਕਿ ਖਾਨ ਸਾਹਿਬ ਕਿਉਂਕਿ ਮਲੇਰਕੋਟਲੇ ਦੇ ਰਹਿਣ ਵਾਲੇ ਨੇ ਔਰ ਖੁਦ 2-3 ਕਾਂਸਟੀਚੁਐਂਸੀ ਗਏ, ਉਹਨਾਂ ਨੇ ਤੁਹਾਡੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਕਿ ਹਵਾ ਦਾ ਰੁੱਖ ਕਿਸ ਪਾਸੇ ਨੂੰ ਜਾ ਰਿਹਾ, ਕੋਟਕਪੁਰ ਦੇ ਹਵਾ ਦਾ ਰੁੱਖ ਕਿਸ ਪਾਸੇ ਨੂੰ ਜਾ ਰਿਹਾ, ਤੇ ਅਸੀਂ ਪਿਛਲੇ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਧੇ ਤੌਰ ਤੇ ਅਸੀਂ ਆਪਣੇ ਜਿਹੜੇ ਸਾਡੇ ਰਿਪੋਰਟਰ ਨੇ, ਸਾਡੇ ਜਿਹੜੇ ਸਰੋਤ ਨੇ, ਉਹਨਾਂ ਨੇ ਤੁਹਾਡੇ ਨਾਲ ਗੱਲ ਕਰਵਾਈਏ। ਹੁਣ ਮੈਂ ਟਾਈਮਜ਼ ਆਫ ਇੰਡੀਆ ਜਿਹੜੇ ਅਖਬਾਰ ਹੈ ਤੇ ਉਹਦੇ ਸਾਬਕਾ ਔਰ ਜਿਹੜੇ ਅੱਜ ਕੱਲ ਡੇਲੀ ਪੋਸਟ ਅਖਬਾਰ ਦੇ ਗੁਰਪਾਲ ਸਿੰਘ ਅਸ਼ਕ ਉਹਨਾਂ ਨਾਲ ਕੋਸ਼ਿਸ਼ ਕਰ ਰਹੇ ਕਿ ਤੁਹਾਡੀ ਗੱਲਬਾਤ ਕਰਾਈਏ, ਉਹਨਾਂ ਨਾਲ ਅਸੀਂ ਪੰਜਾਬ ਮਸਲੇ ਤੇ ਜਿਹੜੀ ਗੱਲ ਕਰਨੀ ਹੈ। ਗੁਰਪਾਲ ਸਿੰਘ ਅਸ਼ਕ ਜਿਹੜੇ ਨੇ ਉਹ ਅੱਜ ਕੱਲ ਉਹ ਡੇਲੀ ਪੋਸਟ ਦੇ ਨਾਲ ਵਾਸਤਾ ਨੇ ਔਰ ਉਹ ਪੋਲੀਟੀਕਲ ਕਮੈਂਟੇਟਰ ਤੇ ਅਸ਼ਕ ਸਾਹਿਬ ਨੂੰ ਜਾਣਿਆ ਜਾਂਦਾ, ਉਹਨਾਂ ਨਾਲ ਸਾਡਾ ਰਾਬਤਾ ਬਣ ਚੁੱਕਿਆ। ਅਸ਼ਕ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿਚ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ। ਅਸ਼ਕ ਸਾਹਿਬ, ਮੈਂ ਆਪਦੇ ਸਰੋਤਿਆਂ ਨੂੰ ਦੱਸ ਚੁੱਕਿਆ ਤੁਹਾਡੇ ਬਾਰੇ ਤੇ ਤੁਸੀਂ ਸਾਨੂੰ ਇਹ ਦੱਸੋ ਕਿ ਕਿਉਂਕਿ ਤੁਸੀਂ ਲਗਾਤਾਰ ਕਈ ਜਿਹੜੀਆਂ ਅਖਬਾਰਾਂ ਦੇ ਲਈ ਖਾਸ ਤੌਰ ਤੇ ਮੇਨ ਸਟ੍ਰੀਮ ਮੀਡੀਆ ਦੇ ਲਈ ਤੁਸੀਂ ਕਈ ਇਲੈਕਸ਼ਨ ਨੂੰ ਕਵਰ ਕੀਤਾ, ਇਹ ਇਲੈਕਸ਼ਨ ਜਿਹੜੀ ਹੈ ਉਹ ਪਿਛਲੇ ਇਲੈਕਸ਼ਨ ਨਾਲੋਂ ਕਿਵੇਂ ਵੱਖਰੀ ਬਣਦੀ ਹੈ ਤੁਸੀਂ? ਬਿਲਕੁਲ ਜੀ, ਇਲੈਕਸ਼ਨ ਇਸ ਗੱਲ ਨੂੰ ਜੇ ਤੁਸੀਂ ਲੋਕਾਂ ਨਾਲ ਗੱਲ ਕਰੋ, ਲੋਕੀ ਇਹ ਕਹਿੰਦੇ ਤੁਹਾਨੂੰ ਜਾਕਰੀ ਮਜ਼ਾ ਆ ਗਿਆ ਇਲੈਕਸ਼ਨ ਦਾ ਇਸ ਦਾ। ਉਹਦਾ ਕਾਰਨ ਇਹ ਹੈ ਵੀ ਜਿਹੜਾ ਸ਼ੋਰ ਸ਼ਰਾਬਾ ਪਿਛਲੇ ਸਾਲਾਂ ਦੇ ਵਿਚ ਹੁੰਦਾ ਸੀਗਾ, ਮਤਲਬ ਇਲੈਕਸ਼ਨ ਦੀ ਇੱਕ ਮੇਲੇ ਵਰਗਾ ਕੰਮ ਹੁੰਦਾ ਸੀਗਾ, ਉਹਦੇ ਵਿਚ ਇਹ ਗੱਲ ਸੀ ਵੀ ਜਿਵੇਂ ਲੋਕਾਂ ਨੂੰ ਮੂਲ ਖਬਰ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਜਾ ਰਿਹਾ, ਤੇ ਇਸ ਟਾਈਮ ਲੋਕਾਂ ਨੇ ਤੇ ਜਿਹੜੇ ਬਹੁਤ ਸ਼ਾਂਤੀ ਨਾਲ ਲੋਕ ਜਿਹੜੇ ਨੇ ਉਹ ਬੈਠੇ ਨੇ, ਬਹੁਤ ਥਾਂ ਤੇ ਜਿਹੜੀ ਹੈ ਬਿਲਕੁਲ ਬਹੁਤ ਜਿਹੜਾ ਨਾ ਮਾਤਰ ਪ੍ਰਚਾਰ ਹੈ, ਜੇ ਅਸਲ ਤੁਸੀਂ ਪ੍ਰਚਾਰ ਦੇਖੋ ਤਾਂ ਦੇਖੋ ਰੇਡੀਓ ਤੇ ਟੈਲੀਵਿਜ਼ਨ ਤੇ ਹੀ ਲੱਗਦਾ ਆਮ, ਜਿਵੇਂ ਅੱਗੇ ਲੋਕੀ ਇਹਨਾਂ ਪਰੇਸ਼ਾਨ ਨੋਇਸ ਪੋਲਿਊਸ਼ਨ ਜਿਹੜਾ ਸੀਗਾ ਉਹ ਇੰਨਾ ਤੰਗ ਕਰਦਾ ਸੀ ਲੋਕਾਂ ਨੂੰ, ਬਿਲਕੁਲ ਨੀ ਕਿਸੇ ਪਾਸੇ ਦੀਵਾਰਾਂ ਦੀ ਡਿਫੇਸਮੈਂਟ ਹੋ ਗਈ ਸੀਗੀ, ਲੋਕੀ ਇੱਕ ਵਾਰੀ ਦੇਖ ਕੇ ਦੀਵਾਰਾਂ ਦੇ ਉੱਤੇ ਬਣੀਆਂ ਰਹਿੰਦੀਆਂ ਸੀਗੀਆਂ ਤਸਵੀਰਾਂ ਲੋਕਾਂ ਦੀਆਂ ਤੇ ਆਪਣਾ ਜੋ ਨਿਸ਼ਾਨ ਉਹ ਬਿਲਕੁਲ ਡਿਫੇਸਮੈਂਟ ਬੰਦ ਹੋ ਚੁੱਕੀ ਹੈ ਉਸ ਤਰੀਕੇ ਦੇ ਨਾਲ। ਤੀਸਰੀ ਗੱਲ ਇਹ ਹੈ ਬਈ ਜਿਹੜਾ ਆਪਣਾ ਉਮੀਦਵਾਰਾਂ ਦੇ ਉੱਤੇ ਬਹੁਤ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਉਹਨਾਂ ਨੂੰ ਇੱਕ ਲਿਮਿਟਡ ਜਿਹੜਾ ਖਰਚਾ ਜਿਹੜਾ ਕਰ ਸਕਦੇ ਨੇ ਉਹ ਉਹਨੂੰ ਪੈਸੇ ਤੋਂ ਉੱਪਰ ਨਹੀਂ ਖਰਚ ਕਰ ਸਕਦੇ ਅੱਗੇ ਕੀ ਕੋਈ ਰੇਡੀਓ ਕੋਈ ਜਿਹੜਾ ਲੱਡੂਆਂ ਨਾਲ ਤੋਲ ਰਿਹਾ ਹੈ, ਕੋਈ ਕਿਸੇ ਚੀਜ਼ ਨਾਲ ਸਿੱਕੇ ਨਾਲ ਤੋਲ ਰਿਹਾ ਹੈ, ਹੁਣ ਬਿਲਕੁਲ ਇਹ ਜੀ ਕੋਈ ਗੱਲ ਨਹੀਂ ਹੁੰਦੀ। ਮੈਂ ਤੁਹਾਨੂੰ ਇੱਕ ਬੜੀ ਦਿਲਚਸਪ ਗੱਲ ਦੱਸਦਾ, ਉਮੀਦਵਾਰ ਦਾ ਨਾਂ ਲੈਣਾ ਤਾਂ ਮੈਨੂੰ ਠੀਕ ਨਹੀਂ ਲੱਗੇਗਾ, ਉਹਦੇ ਕਿਸੇ ਸਪੋਰਟਰ ਨੇ ਉਹਦੇ ਵਾਸਤੇ ਰੈਲੀ ਆਯੋਜਿਤ ਕੀਤੀ,
ਦੇ ਵਿੱਚ ਉਹਨੂੰ ਆਪਣਾ ਜਿਹੜੇ ਲੋਕੀ ਆਏ ਉਹਨਾਂ ਵਾਸਤੇ ਖਾਣੇ ਦਾ ਪ੍ਰਬੰਧ ਕੀਤਾ ਤੇ ਥੋੜਾ ਜਿਹਾ ਖਾਣ ਪਾਣੀ ਦਾ ਪ੍ਰਬੰਧ ਕੀਤਾ। ਇਲੈਕਸ਼ਨ ਕਮਿਸ਼ਨ ਦਾ ਜਿਹੜਾ ਰਿਪ੍ਰੈਜੈਂਟੇਟਿਵ ਆਇਆ ਉਹਨੇ ਕੁਛ ਨੀ ਕੀਤਾ, ਚੁੱਪ ਕਰਕੇ 1.5 ਲੱਖ ਰੁਪਇਆ ਦੇ ਕੇ ਹਿਸਾਬ ਲਾਇਆ, 30 ਰੁਪਏ ਪਲੇਟ ਦੇ ਹਿਸਾਬ ਦੇ ਨਾਲ ਤੇ ਬਾਕੀ ਜਿੰਨਾ ਖਰਚਾ ਰੈਲੀ ਦਾ ਉਹਦਾ ਹਿਸਾਬ ਲਾਇਆ ਤੇ ਉਹਦੇ ਖਾਤੇ ਦੇ ਪਾਸੇ ਚਲਿਆ ਗਿਆ ਜੀ। ਤੇ ਇਸ ਦੀ ਕਿਰਾ ਜਿਹੜੀ ਅੱਗੇ ਫਜ਼ੂਲ ਖਰਚੀ, ਬੇਹੱਦ ਫਜ਼ੂਲ ਖਰਚੀ ਹੁੰਦੀ ਸੀ, ਦੋਹਾਂ ਪਾਸੇ ਦਿੰਦੇ ਸੀ ਸਪੋਰਟਰ ਪੈਸਾ ਵਹਾਉਂਦੇ ਸੀ, ਹੁਣ ਜੇ ਸਪੋਰਟਰ ਵੀ ਪੈਸਾ ਲਾ ਰਿਹਾ ਕੋਈ ਤਾਂ ਉਮੀਦਵਾਰ ਦੇ ਖਰਚੇ ਚ ਕਿਹਾ ਜਾ ਰਿਹਾ। ਖਰਚਾ ਜਿਹੜਾ ਉਹ ਤੇ ਚੈੱਕ ਰੱਖ ਲਿਆ ਜਾਂ ਕਾਫੀ ਹੱਦ ਤੱਕ ਰੱਖਿਆ ਜਾ ਰਿਹਾ, ਲੇਕਿਨ ਸ਼ਰਾਬ ਤੇ ਇਲੈਕਸ਼ਨ ਕਮਿਸ਼ਨ ਦਾ ਚੋਰ ਮੋਰੀ ਇਹਨਾਂ ਨੇ ਕੱਢ ਲਈ, ਪਰਚੀ ਦੇ ਦਿੰਦੇ ਠੇਕੇ ਤੋਂ ਜਾ ਕੇ ਲੋਕ ਸ਼ਰਾਬਾਂ ਲੈ ਰਹੇ ਨੇ। ਮੈਂ ਤੁਹਾਨੂੰ ਸਵਾਲ ਕਰ ਰਿਹਾ ਜਿਹਦੇ ਨਾਲ ਤੁਸੀਂ ਸਿੱਧੇ ਤੌਰ ਤੇ ਸੰਬੰਧਿਤ ਹੋ, ਉਹ ਹੈ ਪੇਡ ਨਿਊਜ਼। ਪੇਡ ਨਿਊਜ਼ ਦੇ ਐਂਗਲ ਤੋਂ ਹੁਣ ਇਉਂ ਨਹੀਂ ਲੱਗਦਾ ਕਿ ਹਰ ਰੋਜ਼ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਇੰਨੇ ਪਰਿਵਾਰ ਕਾਂਗਰਸ ਨੂੰ ਛੱਡ ਕੇ ਅਕਾਲੀਆਂ ਚ ਸ਼ਾਮਲ ਹੋ ਗਏ, ਇੰਨੇ ਅਕਾਲੀ ਕਾਂਗਰਸ ਸ਼ਾਮਲ ਹੋ ਗਏ, ਕੀ ਇਹ ਪੇਡ ਖਬਰਾਂ ਨੀ? ਇਹ ਤਾਂ ਜੀ ਅੱਗੇ ਪੇਡ ਨਿਊਜ਼ ਹੁੰਦੀ ਸੀ। ਮੈਂ ਇਹ ਮਹਿਸੂਸ ਕਰਦਾ ਵੀ ਅੱਗੇ ਪੇਡ ਨਿਊਜ਼ ਹੁੰਦੀ ਸੀਗੀ, ਇੰਨੀ ਸਪੇਸ ਦੇ ਦਿੱਤੀ ਉਹ ਪੇਡ ਨਿਊਜ਼ ਹੋ ਗਈ। ਜਿਵੇਂ ਪੂਰੇ ਪੂਰੇ ਪੰਨੇ ਖਰੀਦੇ ਹੋਏ ਨੇ ਜਾਂ ਠੇਕਾ ਹੋਇਆ ਹੋਇਆ ਵੀ ਭਾਈ ਜਿੰਨੀ ਚਲੀ ਗਈ ਸਾਰੀ ਸਾਰੀ ਲਾਉਣੀ ਹੈ। ਤੇ ਮੈਨੂੰ ਇੱਕ ਵਾਰ ਤੁਹਾਨੂੰ ਗੱਲ ਦੱਸਦਾ ਵੀ ਇੱਕ ਜਿਹੜੀ ਕਮੇਟੀਆਂ ਜਿਹੜੀਆਂ ਬਣਾਈਆਂ ਨੇ ਨਾ, ਨਿਗਰਾਨ ਕਮੇਟੀਆਂ ਬਣਾਈਆਂ ਹੋਈਆਂ ਨੇ, ਉਸ ਨਿਗਰਾਨ ਕਮੇਟੀ ਦੇ ਇੱਕ ਬੜੇ ਸੀਨੀਅਰ ਜਿਹੜਾ ਉਹਨਾਂ ਚ ਅਫੀਸ਼ੀਅਲ ਸੀ, ਉਹਨੇ ਮੈਨੂੰ ਗੱਲ ਕੇ ਦੱਸੀ ਕਹਿੰਦਾ ਵੀ ਅੱਗੇ ਤੱਕ ਜਿਹੜਾ ਸਿਸਟਮ ਸੀਗਾ ਵੀ ਕਿਸੇ ਨਾ ਕਿਸੇ ਅਕਾਊਂਟੇਬਿਲਟੀ ਸੀ, ਉਮੀਦਵਾਰ ਦੇ ਜਿਹੜੇ ਕਈਆਂ ਪਾਰਟੀਆਂ ਤੋਂ ਇੱਥੇ ਤੱਕ ਹੋ ਗਏ ਵੀ ਕਈ ਉਮੀਦਵਾਰ ਦੇ ਸਿੱਧੇ ਜਿਹੜੇ ਉੱਪਰ ਤੱਕ ਸੌਦਾ ਹੋਇਆ ਹੋਇਆ, ਜਿਹੜੀ ਖਬਰ ਜਾਣੀ ਆ ਉਹਨੇ ਲੱਗਣੀ ਹੈ, ਤੇ ਹੁਣ ਭੇਜਣ ਹਿਸਾਬ ਹੋਇਆ ਵੀ ਜਿੰਨੇ ਅੱਖਾਂ ਵਿੱਚ ਜਿੰਨੀਆਂ ਖਬਰ ਜਾਣਗੀਆਂ ਉਹ ਜਾਣਗੀਆਂ। ਤੇ ਇੱਥੇ ਤੱਕ ਗੱਲ ਹੋ ਜਾਂਦੀ ਕਈ ਵਾਰ ਤੇ ਪਤਾ ਲੱਗਦਾ ਵੀ ਜਿਹੜੇ ਰਿਪੋਰਟਰ ਦੇ ਨਾਲ ਡਾਇਰੈਕਸ਼ਨ ਹੀ ਆਉਂਦੀ ਆ ਉਹਨਾਂ ਦੀ ਉਮੀਦ ਹੁੰਦੀ ਅਸੀਂ ਵੀ ਖਬਰ ਬਣਾ ਕੇ ਭੇਜ ਦੇਣੀ ਤੇ ਲੱਗ ਜਾਏਗੀ। ਪੱਤਰਕਾਰ ਹੁੰਦੇ ਹੋਏ ਇਹ ਸੱਚ ਦੱਸ ਰਹੇ ਹੋ ਕਿ ਇਹ ਪੇਡ ਨਿਊਜ਼ ਵਾਲਾ ਚੱਲਣ ਹਾਲੇ ਵੀ ਜਾ ਰਹੀ ਹੈ, ਇਹ ਚੋਰ ਮੋਰੀ ਲੱਭੀ ਹੋਈ ਹੈ। ਪਿਆਰੇ ਦਰਸ਼ਕੋ, ਅਸ਼ਕ ਗੁਰਪਾਲ ਸਿੰਘ ਅਸ਼ਕ ਜਿਹੜੇ ਨੇ ਉਹ ਫਤਿਹਗੜ੍ਹ ਸਾਹਿਬ ਦੇ ਵਿਚ ਵਿਚਰਦੇ ਨੇ, ਉਹਨਾਂ ਤੋਂ ਆਪਾਂ ਬੜੀ ਹੀ ਬਹੁਤ ਅਹਿਮ ਵਿਧਾਨ ਸਭਾ ਹਲਕਾ ਦੀ ਗੱਲ ਕਰਨੀ ਹੈ ਫਤਿਹਗੜ੍ਹ ਸਾਹਿਬ ਦੀ, ਜਿੱਥੇ ਕਿ ਉਹ ਪੰਜ ਅਹਿਮ ਕੈਂਡੀਡੇਟ ਨੇ, ਪ੍ਰੇਮ ਸਿੰਘ ਚੰਦੂਮਾਜਰਾ ਜਿਹੜਾ ਕਾਂਗਰਸ ਦਾ ਅਫੀਸ਼ੀਅਲ ਕੈਂਡੀਡੇਟ ਸੀ ਨਾਗਰਾ, ਔਰ ਹਰਬੰਸ ਲਾਲ ਜਿਹੜਾ ਕਾਂਗਰਸ ਦਾ ਬਾਗੀ ਹੈ, ਔਰ ਸਿਮਰਜੀਤ ਸਿੰਘ ਮਾਨ ਇਹ, ਔਰ ਜਿਹੜਾ ਅਕਾਲੀਆਂ ਦਾ ਬਾਗੀ ਦੀਦਾਰ ਸਿੰਘ ਭੱਟੀ। ਕੀ ਲੱਗਦਾ ਤੁਹਾਨੂੰ ਜਿਹੜੇ ਦੂਸਰੇ ਉਮੀਦਵਾਰ ਨੇ ਦਿਲਦਾਰ ਸਿੰਘ ਭੱਟੀ ਹੈ ਉਹ ਇਥੋਂ ਚੋਣ ਲੜ ਚੁੱਕੇ ਨੇ, ਡਾਕਟਰ ਹਰਬੰਸ ਲਾਲ ਹੈ ਉਹ ਇਥੋਂ ਚੋਣ ਲੜ ਚੁੱਕੇ ਨੇ, ਤਾਂ ਸਿਮਰਨਜੀਤ ਸਿੰਘ ਮਾਨ ਨੇ ਉਹ ਇਥੋਂ ਚੋਣ ਲੜ ਚੁੱਕੇ ਨੇ। ਅਕਾਲੀਆਂ ਦੇ ਕੋਈ ਕਾਂਗਰਸੀ ਖੜੇ ਹੋਏ ਨੇ ਤਾਂ ਉਦੋਂ ਜਿਹੜੀ ਵੋਟ ਜਿਹੜੀ ਹੈ ਉਹ ਫਸੀ ਅਕਾਲੀਆਂ ਦੀ ਕਾਂਗਰਸ ਦੇ ਕਾਂਗਰਸ ਨੂੰ ਫਾਇਦਾ ਚਲਿਆ ਜਾਂਦਾ ਉਹਦਾ ਸਿੱਧਾ। ਐਤਵਾਰ ਜਿਹੜੀ ਹੈ ਨਾਲ ਜਦੋਂ ਪੀਪੀਪੀ ਦਾ ਜਿਹੜਾ ਉਮੀਦਵਾਰ ਦੇ ਤੌਰ ਤੇ ਉੱਥੇ ਹੈ ਉਹ ਇੱਕ ਆਪਣਾ ਜਿਹੜਾ ਰੰਗ ਜਿਹੜਾ ਵੱਖਰਾ ਖਿੱਚਿਆ ਕਿਉਂਕਿ ਸਿਟਿੰਗ MLA ਹੈ ਦਿਲਦਾਰ ਸਿੰਘ ਭੱਟੀ। ਦੂਸਰੀ ਗੱਲ ਇਹ ਹੈ ਵੀ ਪੀਪੀਪੀ ਦਾ ਜਿਹੜਾ ਤੁਸੀਂ ਅਸੀਂ ਇਹਨੂੰ ਹੁਣ ਇੱਕ ਐਸੀ ਪਾਰਟੀ ਹੈ ਅਜੀਤ ਦੇ ਵਿੱਚ ਜਿਹਨੂੰ ਤੁਸੀਂ ਮਾਈਨਸ ਨਹੀਂ ਕਰ ਸਕਦੇ ਹੈਗੇ ਇਸ ਸਿਸਟਮ ਦੇ ਵਿੱਚੋਂ, ਜਿਹੜਾ ਉੱਤਰਾਖੰਡ ਮੈਚਰਾਂ ਵਾਲਾ ਸਿਸਟਮ ਚੱਲ ਰਿਹਾ ਹੈ ਨਾ, ਤੇ ਅਸੀਂ ਕਹਿੰਦੇ ਜੀ ਕੋਈ ਥਰਡ ਫਰੰਟ ਦੀ ਗੱਲ ਹੁੰਦੀ ਹੈ ਥਰਡ ਫਰੰਟ ਦੇ ਤੌਰ ਦੇ ਉੱਤੇ, ਮੈਂ ਮਨਪ੍ਰੀਤ ਸਿੰਘ ਦੇ ਬਦਲ ਦੀ ਇਸ ਗੱਲ ਨੂੰ ਮੈਂ ਸਮਝਦਾ ਵੀ ਉਹਨਾਂ ਨੇ ਇਹ ਗੱਲ ਸੋਚੀ ਹੋਈ ਹੈ ਵੀ ਨਾ ਤਾਂ ਇਲੈਕਸ਼ਨ ਜਿੱਤਣੀ ਹੈ
ਨਾ ਜਿੱਤਣ ਦਾ ਮੂਡ ਮੇਰੇ ਖਿਆਲ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਇਹ ਨੀ ਮੈਂ ਸਰਕਾਰ ਬਣਾਉਣ ਵਾਸਤੇ ਇਲੈਕਸ਼ਨ ਲੜ ਰਿਹਾ ਇਸੇ ਇਲੈਕਸ਼ਨ ਲੜ ਤੋਂ ਆਪਣੀ ਗਰਾਊਂਡ ਬਣਾਉਣ ਵਾਸਤੇ ਲੱਗੇ ਹੋਏ ਨੇ 15 ਸਾਲ ਦਾ ਪ੍ਰੋਗਰਾਮ ਜਿਵੇਂ ਉਹ ਆਪਣਾ ਲੈ ਕੇ ਤੁਰੇ ਹੋਏ ਨੇ ਕਿਉਂਕਿ ਜਦੋਂ ਉਹਨਾਂ ਨੂੰ ਤੁਸੀਂ ਭਾਸ਼ਣ ਸੁਣਦੇ ਹੋ ਕਹਿੰਦੇ 15 ਸਾਲ ਬਾਅਦ ਪੰਜਾਬ ਇਹੋ ਜਿਹਾ ਮੈਂ ਬਣਾ ਕੇ ਰੱਖਾਂਗਾ ਤਾਂ 15 ਸਾਲ ਆਉਣੇ ਵਾਲੇ 15 ਸਾਲ ਦੀ ਗੱਲ ਹੋ ਰਹੀ ਹੈ ਜਿਹੜੇ ਉਹ ਵਿਚਾਰੇ ਆ ਅਕਾਲੀ ਵੋਟ ਨੂੰ ਵੀ ਤੇ ਪੱਟੀ ਅਕਾਲੀ ਵੋਟ ਨੂੰ ਤੋੜਦੇ ਨੇ ਜਿੱਥੇ ਖਾਸੇ ਅਸਰ ਪਾਉਂਦੇ ਨੇ ਅਸੀਂ ਤਾਂ ਸਿੱਧੇ ਲਫ਼ਜ਼ਾਂ ਚ ਪੁੱਛਣਾ ਚਾਹੁੰਦੇ ਹਾਂ ਕਿ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਦੀਦਾਰ ਸਿੰਘ ਪੱਟੀ ਜਾਂ ਕਿ ਹਵਾ ਦਾ ਰੁੱਖ ਉਹਨਾਂ ਵੱਲ ਹੈ ਜਾਂ ਕਿ ਹਾਲੇ ਪਤੰਗ ਜਿਹੜਾ ਉੱਡ ਰਿਹਾ ਉਹਨਾਂ ਦਾ ਕਿ ਨਹੀਂ ਪਤੰਗ ਤਾਂ ਦੇਖੋ ਜੀ ਉੱਡ ਰਿਹਾ ਜੀ ਮੁਕਾਬਲਾ ਤਾਂ ਬਰੋਬਰ ਜੇ ਟਫ ਕੰਪੀਟੀਸ਼ਨ ਤਾਂ ਦੇਣਗੇ ਦੂਸਰੀ ਗੱਲ ਜਿਹੜੀ ਹੈ ਉਹਦੇ ਵਿਚ ਜਿਹੜੀ ਹੈ ਜੇ ਦੀਦਾਰ ਸਿੰਘ ਪੱਟੀ ਅਕਾਲੀ ਕੈਂਡੀਡੇਟ ਨੂੰ ਨੁਕਸਾਨ ਪਹੁੰਚਾਉਂਦੇ ਨੇ ਤਾਂ ਓਨਾ ਹੀ ਨੁਕਸਾਨ ਕਾਂਗਰਸ ਦਾ ਆਪਣਾ ਡਾਕਟਰ ਹਰਬੰਸ ਸਿੰਘ ਪਹੁੰਚਾਉਂਦੇ ਨੇ ਰਹੀ ਮਾਨ ਸਾਹਿਬ ਨੇ ਜਿਹੜੇ ਮਾਨ ਸਾਹਿਬ ਬਹੁਤ ਵੱਡੇ ਆਪਣੇ ਆਪ ਦੇ ਵਿਚ ਲੀਡਰ ਨੇ ਪਰ ਜਿਹੜੀ ਆ ਉਹ ਵੀ ਜਿਹੜੀ ਬਹੁਤ ਸਿੱਖ ਵੋਟ ਜਿਹੜੀ ਅਕਾਲੀ ਵੋਟ ਨਾ ਸਿੱਖ ਵੋਟ ਮੈਂ ਕਹੂੰ ਅਕਾਲੀ ਵੋਟ ਨੇ ਉਧਰ ਖੋਰਾ ਲੱਗਦਾ ਉਹਨਾਂ ਦਾ ਪਰ ਦੂਜੇ ਪਾਸੇ ਰੂਲਿੰਗ ਪਾਰਟੀ ਹੈ ਜਿਹੜੀ ਉਹਦਾ ਆਪਣਾ ਪ੍ਰਭਾਵ ਤਾਂ ਜ਼ਰੂਰ ਹੁੰਦਾ ਅਸੀਂ ਇਹ ਨੀ ਕਿਸੇ ਮਾਈਨਸ ਨਹੀਂ ਕਹਿ ਸਕਦੇ ਇਸ ਕਰਕੇ ਜਿਹੜੇ ਕੈਂਡੀਡੇਟ ਨੇ ਸਾਰੇ ਬਰੋਬਰ ਉੱਪਰ ਖੜੇ ਨੇ ਅਸੀਂ ਤੁਸੀਂ ਕਿਸੇ ਬਾਰੇ ਵੀ ਡਿਕਲੇਅਰ ਨਹੀਂ ਕਰ ਸਕਦੇ ਵੀ ਇਹ ਚੀਜ਼ ਇਹਦੇ ਫੇਵਰ ਜਾ ਰਹੀ ਹੈ ਜੀ ਇਹ ਲੈ ਜਾਏਗਾ ਅਸ਼ਟ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਬਹੁਤ ਬਹੁਮੁੱਲੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਭ ਗੁਰਪਾਲ ਸਿੰਘ ਅਸ਼ਕ ਜਿਹੜੇ ਕਿ ਸਾਡੇ ਨਾਲ ਇਸ ਪ੍ਰੋਗਰਾਮ ਵਿਚ ਜੁੜ ਕੇ ਸਾਨੂੰ ਸਿੱਧੇ ਤੌਰ ਤੇ ਫਤਿਹਗੜ੍ਹ ਸਾਹਿਬ ਤੋਂ ਜਾਣਕਾਰੀ ਦੇ ਰਹੇ ਸੀ ਪਿਆਰੇ ਦਰਸ਼ਕੋ ਤੁਸੀਂ ਦੇਖਿਆ ਕਿ ਪੰਜਾਬ ਦੀ ਜਿਹੜੀ ਚੋਣ ਹੈ ਹੁਣ ਜਿਹੜੀ ਹੈ ਲਾਸਟ ਲੈਗਸ ਤੇ ਪਹੁੰਚਦੀ ਜਾ ਰਹੀ ਹੈ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਇਲੈਕਸ਼ਨ ਦੇ ਵਿਚ ਇਸ ਵਾਰ ਚਾਹੇ ਕੋਈ ਅਫੀਸ਼ੀਅਲ ਚਾਹੇ ਕੋਈ ਪੱਤਰਕਾਰ ਤੇ ਚਾਹੇ ਆਮ ਲੋਕ ਜਦੋਂ ਇਹ ਗੱਲ ਕਰਦੇ ਨੇ ਇੱਕ ਗੱਲ ਉਹ ਬਹੁਤ ਖੁਸ਼ੀ ਨਾਲ ਕਰਦੇ ਨੇ ਕਿ ਇਸ ਵਾਰ ਉਹ ਢੋਲ ਟਮੱਕਾ ਉਹ ਰੋਲਾ ਰੱਪਾ ਉਹ ਨੋਇਜ਼ ਪੋਲਿਊਸ਼ਨ ਉਹ ਹੇਰਾ ਫੇਰੀ ਉਹ ਜ਼ਿਆਦਾ ਖਰਚਾ ਜਿਹੜਾ ਚੋਣ ਕਮਿਸ਼ਨ ਨੇ ਬੰਦ ਕਰਤਾ ਮੈਂ ਵੀ ਲਗਾਤਾਰ ਤੁਹਾਨੂੰ ਕਹਿ ਰਿਹਾ ਕਿ ਚੋਣ ਸੁਧਾਰਾਂ ਦੀ ਲੋੜ ਹੈ ਹੋਰ ਵੀ ਚੋਣ ਸੁਧਾਰਾਂ ਦੀ ਲੋੜ ਹੈ ਜਿਸ ਚ ਦਲ ਬਦਲੂਆਂ ਲਈ ਚੋਣ ਸੁਧਾਰ ਜਿਹਦੇ ਚ ਨੌਕਰਸ਼ਾਹੀ ਲਈ ਚੋਣ ਸੁਧਾਰ ਜਿਹਦੇ ਵਿਚ ਜਿਹੜਾ ਹੈ ਨਾ ਚੁਣਨ ਦਾ ਅਧਿਕਾਰ ਬਹੁਤ ਸਾਰੀਆਂ ਗੱਲਾਂ ਨੇ ਉਹ ਵੀ ਜੇ ਹੋ ਜਾਣ ਤਾਂ ਇਹ ਲੋਕਤੰਤਰ ਹੋਰ ਵੀ ਜਿਹੜਾ ਹੈ ਜੜਾਂ ਮਜ਼ਬੂਤ ਇਹਦੀਆਂ ਹੋਣਗੀਆਂ ਕੱਲ ਨੂੰ ਅਸੀਂ ਲੋਕਤੰਤਰ ਦਾ ਦਿਨ ਵੀ ਮਨਾਉਣਾ ਹੈ 26 ਜਨਵਰੀ ਤੇ ਇਸ ਵੇਲੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਲੋਕ ਜਿੱਥੇ ਵੀ ਤੁਸੀਂ ਦੁਨੀਆਂ ਚ ਬੈਠੇ ਹੋ ਤੇ ਪੰਜਾਬ ਨਾਲ ਜੁੜੇ ਹੋਏ ਹੋ ਇਸ ਬਾਰੇ ਇੱਕ ਵਾਤਾਵਰਨ ਤਿਆਰ ਕਰਨ ਵਿਚ ਸਾਡੀ ਮਦਦ ਕਰੋਗੇ ਆਪਾਂ ਸਾਰੇ ਰਲ ਕੇ ਇੱਕ ਪ੍ਰੋਗਰਾਮ ਇਸ ਤਰ੍ਹਾਂ ਦਾ ਬਣਾਈਏ ਕਿ ਆਉਣ ਵਾਲੇ ਸਮੇਂ ਦੇ ਵਿਚ ਇਸ ਤਰ੍ਹਾਂ ਦਾ ਪੰਜਾਬ ਬਣੇ ਜਿਹਦੇ ਵਿਚ ਸਭ ਕੁਝ ਸਹੀ ਤੇ ਸਾਰਥਕ ਹੋਵੇ ਅੱਜ ਤੁਸੀਂ ਇਸ ਪ੍ਰੋਗਰਾਮ ਚ ਜੁੜੇ ਖਬਰ ਤਨਾ ਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਮੇਰਾ ਫੋਨ ਨੰਬਰ ਤੁਸੀਂ ਨੋਟ ਕਰ ਲਓ 98 723 80 9872314380 ਮੇਰਾ ਈਮੇਲ ਆਈਡੀ ਹੈ ਹਰਜਿੰਦਰ ਵਾਲੀਆ@gmail.com ਤੁਹਾਡਾ ਬਹੁਤ ਬਹੁਤ ਧੰਨਵਾਦ